ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ। ਕਰਮ ਕਿਹੜੇ ਕਮਾਏ ਨੇ? ਪਹਿਲਾ ਕਰਮ ਵੀ ਜੀਵ ਨੇ ਕੰਮ ਕਿਹੋ ਜਿਹੇ ਕੀਤੇ ਨੇ, ਦੂਸਰਾ ਕਰਮੀ ਗੁਰੂ ਦੀ ਬਖਸ਼ਿਸ਼ ਹੋਈ ਕਿ ਨਹੀਂ, ਗੁਰੂ ਵਾਲਾ ਬਣਿਆ ਕਿ ਨਹੀਂ ਬਣਿਆ, ਉਹਦੀ ਮਿਹਰ ਦੀ ਨਜ਼ਰ ਪਈ ਕਿ ਨਹੀਂ ਪਈ। ਕਰਮੀ ਕਰਮੀ ਹੋਏ ਵਿਚਾਰ, ਫਿਰ ਵਿਚਾਰ ਹੋਣੀ ਆ ਪੂਰੇ ਕਰੈਕਟਰ ਦੀ। ਇਹਦਾ ਪ੍ਰਮਾਣ ਮੈਂ ਆਸਾ ਦੀ ਵਾਰ ਵਿੱਚੋਂ ਦੇ ਦਿਆਂ। ਆ ਪੀਨੇ ਭੋਗ ਭੋਗ ਕੈ ਹੋਏ ਭਸਬੜ ਭੌਰ ਸਦਾਇਆ, ਇਹ ਪੌੜੀ ਪੜਿਓ ਕਦੇ ਧਿਆਨ ਦੇ ਨਾਲ। ਉਹਦੇ ਵਿੱਚ ਇੱਕ ਪੰਕਤੀ ਆਏਗੀ, ਅੱਗੇ ਕਰਣੀ ਕੀਰਤ, ਦੋ ਸ਼ਬਦ ਕਰਣੀ ਅਰ ਕੀਰਤ, ਵਾਚੀਐ ਬਹਿ ਲੇਖਾ ਕਰ ਸਮਝਾਇਆ, ਕਰਮੀ ਕਰਮੀ ਹੋਏ ਵਿਚਾਰ, ਹੋਣੀ ਕਿੱਥੇ ਹੈ? ਪਿੰਡ ਦੀ ਪੰਚਾਇਤ 'ਚ ਜਾਂ ਵਿਧਾਨ ਸਭਾ 'ਚ ਹੋਣੀ ਹੈ ਕਿ ਪਾਰਲੀਮੈਂਟ 'ਚ ਹੋਣੀ ਹੈ? ਸਤਿਗੁਰੂ ਕਹਿੰਦੇ ਸੱਚਾ ਆਪ, ਸੱਚਾ ਦਰਬਾਰ, ਉਹਦੀ ਦਰਗਾਹ ਵਿੱਚ ਜੀਵਾਂ ਦੇ ਕਰਮ ਵਿਚਾਰੇ ਜਾਣੇ ਨੇ। ਧਰਮ ਖੰਡ ਹੈ ਕੀ ਹੈ? ਫਿਰ ਉੱਥੇ ਰਿਜ਼ਲਟ ਕੀ ਆਉਣਾ? ਤਿੱਥੈ ਸੋਹਣ, ਉੱਥੇ ਸੋਭਦੇ ਨੇ ਪੰਚ ਪੰਚ ਪ੍ਰਧਾਨੀ ਸ੍ਰੇਸ਼ਟ ਪੁਰਸ਼। ਉਹੀ ਪੰਚ ਚੱਕ ਲਿਓ ਜਿਹੜੀ ਕਬੀਰ ਜੀ ਕਹਿੰਦੇ ਨੇ ਪੰਚ ਪ੍ਰਧਾਨੀ, ਉਹਦਾ ਹੀ ਸ਼ਿਖਰ ਹੈ, ਦਸਵੇਂ ਪਾਤਸ਼ਾਹ ਨੇ ਪੰਚ ਪ੍ਰਧਾਨੀ ਬਖਸ਼ੀ ਹੈ, ਉਹਦੀ ਵਿਸਥਾਰ ਹੀ ਹੋਈ ਜਾਂਦਾ ਅੱਗੇ ਹੈ ਅਕਾਲ ਪੁਰਖ ਦੀ ਮਰਜ਼ਾਦਾ। ਤਿੱਥੈ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਹੁਣ ਉਹੀ ਕਰਮ ਸ਼ਬਦ ਦੁਆਰਾ ਆ ਗਿਆ, ਬਖਸ਼ਿਸ਼ ਵਾਲਾ ਨਿਸ਼ਾਨ, ਗੁਰੂ ਵਾਲੀ ਸਟੈਂਪ, ਗੁਰੂ ਦੀ ਪ੍ਰਵਾਨਗੀ। ਨਦਰੀ ਕਰਮ ਪਵੈ ਨਿਸ਼ਾਨ, ਸਮਝ ਆ ਗਈ ਨਾ? ਜਿਨ ਕੋ ਨਦਰ ਕਰਮ ਤਿੰਨਕਾਰ, ਨਦਰੀ ਕਰਮ ਪਵੈ ਨਿਸ਼ਾਨ। ਕੱਚ ਪਕਾਈ, ਕੱਚਾ ਕੌਣ ਹੈ ਧਰਮ ਦੇ ਵਿੱਚ, ਪੱਕਾ ਕੌਣ ਹੈ? ਇੱਥੇ ਤਾਂ ਮੈਂ ਵੀ ਪੱਕਾ ਹੀ ਹਾਂ, ਮੈਨੂੰ ਵੀ ਲੱਗਦਾ ਵੀ ਮੇਰੇ ਵਰਗਾ ਰਹਿਤਬਾਨ ਨਹੀਂ ਹੋਣਾ, ਮੈਨੂੰ ਵੀ ਲੱਗਦਾ ਵੀ ਪੱਗ ਵਧੀਆ ਜੀ ਗੋਲ ਮੈਂ ਹੀ ਬੰਨਦਾ, ਸ਼ਾਇਦ ਬਹੁਤਿਆਂ ਤੋਂ ਵਧੀਆ ਹੋਊਗੀ। ਮੈਨੂੰ ਇਹ ਲੱਗਦਾ ਸ਼ਾਇਦ ਵੀ ਚੋਲਾ ਮੇਰੇ ਹੀ ਵਧੀਆ, ਕਲੀਆਂ ਵੱਧ ਨੇ ਅਤੇ ਚੌੜਾ ਪੱਲਾ, ਲੱਗਦਾ ਨਾ ਇੱਦਾਂ ਸਾਰਿਆਂ ਨੂੰ। ਸਤਿਗੁਰੂ ਕਹਿੰਦੇ ਇੱਦਾਂ ਗੱਲ ਨਹੀਂ ਜੇ ਬਣਨੀ। ਕੱਚ ਪਕਾਈ ਉੱਥੇ ਪਾਏ, ਇੱਥੇ ਤਾਂ ਸਾਰੇ ਹੀ ਧਰਮੀ ਨੇ, ਹਰੇਕ ਕਹਿ ਦਿੰਦਾ ਜੀ ਭਾਵੇਂ ਮੈਂ ਸ਼ਰਾਬ ਪੀਨਾ, ਭਾਵੇਂ ਮੈਂ ਅੰਮ੍ਰਿਤ ਨਹੀਂ ਛਕਿਆ, ਪਰ ਮੈਂ ਕੋਈ ਬੁਰਾ ਕੰਮ ਨਹੀਂ ਕਰਦਾ, ਕਹਿ ਰਹੀ ਹੈ ਨਾ ਦੁਨੀਆ। ਕੁਛ ਐਸੇ ਨੇ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਰਹਿਤ ਰੱਖਣ ਦੀ ਕੀ ਲੋੜ ਹੈ, ਪਾਠ ਕਰਨ ਦੀ ਕੀ ਲੋੜ ਹੈ, ਮਨ ਸਾਫ਼ ਹੋਣਾ ਚਾਹੀਦਾ। ਇਹ ਬਹੁਤ ਵੱਡਾ ਦਾਅਵਾ ਦੁਨੀਆ ਕਰ ਰਹੀ ਹੈ, ਗੱਲ ਲੰਮੀ ਨਾ ਹੋਵੇ। ਕਹਿੰਦੇ ਸਭ ਕੋ ਪੂਰਾ ਆਪੇ ਹੋਵੇ, ਆਪਣੇ ਆਪ ਵਿੱਚ ਸਾਰੇ ਪੂਰੇ ਨੇ ਵੀ ਮੇਰਾ ਜੀਵਨ ਧਰਮ ਮੁਤਾਬਕ ਪੂਰਾ ਹੈ, ਮੈਂ ਚਾਹੇ ਕਿਰਪਾਨ ਨਹੀਂ ਪਾਈ ਜਾਂ ਰਹਿਤ ਨਹੀਂ ਰੱਖੀ ਜਾਂ ਬਾਣਾ ਮੇਰੇ ਕੋਲ ਭਾਵੇਂ ਨਹੀਂ ਜਾਂ ਕੇਸ ਮੇਰੇ ਕੋਲ ਨਹੀਂ, ਪਰ ਮੈਂ ਬਹੁਤ ਵੱਡਾ ਧਰਮੀ ਹੈ, ਬੜੇ ਦਾਅਵੇ ਨੇ। ਹੁਣ ਤਾਂ ਕੁਦਰਤੀ ਰੱਬ ਰਹਿ ਗਿਆ, ਸਾਡੇ ਰੰਗ ਬਿਰੰਗੇ ਪਹਿਰਾਵੇ ਵਾਲੇ ਪ੍ਰਚਾਰਕਾਂ ਨੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਵੀ ਕੁਦਰਤ ਰੱਬ ਹੈ, ਗੱਲ ਰੁਕਣ ਲੱਗੀ ਹੈ ਪਰ ਮੈਂ ਕਹਿ ਦਿਆਂ। ਗੁਰਮੁਖੋ, ਤੁਸੀਂ ਘਰ ਬਣਾਏ ਨੇ ਨਾ ਰਹਿਣ ਵਾਸਤੇ, ਤੁਹਾਡੇ ਸਾਰਿਆਂ ਕੋਲ ਕਿਸੇ ਜਿਹਾ ਜਿਹਾ ਰੱਬ ਨੇ ਬਖਸ਼ਿਆ ਹੈਗੇ ਨੇ ਨਾ ਘਰ, ਤੁਸੀਂ ਘਰ ਦੇ ਅੰਦਰ ਵੀ ਰਹਿੰਦੇ ਹੈ ਅਤੇ ਬਾਹਰ ਵੀ ਚਲੇ ਜਾਂਦੇ ਹੈ। ਹੁਣ ਜੇ ਤੁਸੀਂ ਕਹੋ ਵੀ ਮੈਂ ਘਰ ਹੈ, ਫਿਰ ਦੁਨੀਆ ਕੀ ਕਹੂਗੀ?
ਵੀ ਪਾਗਲ ਹੋ ਗਿਆ, ਇਹਨੂੰ ਪਾਗਲਖਾਨੇ ਛੱਡੋ, ਨਹੀਂ ਡਾਕਟਰ ਨੂੰ ਦਿਖਾਓ, ਵੀ ਇਹ ਤਾਂ ਆਪਣੇ ਆਪ ਨੂੰ ਘਰ ਕਹਿਣ ਲੱਗ ਪਿਆ। ਹੁਣ ਤਾਂ ਕਾਰਾਂ ਵੀ ਬਹੁਤ ਬਖਸ਼ਤੀਆਂ ਰੱਬ ਨੇ, ਅਤੇ ਕਾਰ ਦੇ ਤੁਸੀਂ ਅੰਦਰ ਬਹਿ ਕੇ ਸਵਾਰੀ ਵੀ ਕਰਦੇ ਆ, ਅਤੇ ਕਈ ਵਾਰੀ ਕਾਰ ਛੱਡ ਕੇ ਪਾਸੇ ਵੀ ਹੋ ਜਾਂਦੇ ਆ। ਜੇ ਕੋਈ ਬੰਦਾ ਕਹੇ ਮੈਂ ਕਾਰ ਹੈ, ਕੀ ਕਹੋਗੇ ਫਿਰ? ਪਾਗਲ ਹੀ ਕਹੋਗੇ ਨਾ। ਹੁੰਗਾਰਾ ਤਾਂ ਦੇ ਦਿਆ ਕਰੋ, ਕਿਤੇ ਮੈਂ ਹੀ ਨਾ ਗਲਤ ਹੋਵਾਂ। ਹਾਂ ਕਹਿ ਦਿਆ ਕਰੋ ਜਿਹੜੀ ਗੱਲ ਠੀਕ ਲੱਗਦੀ ਹੈ, ਜੇ ਨਹੀਂ ਠੀਕ ਲੱਗਦੀ ਫਿਰ ਨਾ ਕਹਿ ਦਿਓ। ਹੁਣ ਜਿਹੜਾ ਬੰਦਾ ਕਹੇ ਮੈਂ ਘਰ ਹੈ, ਦੁਨੀਆ ਕਹੂਗੀ ਪਾਗਲ। ਮੈਂ ਕਾਰ ਹੈ, ਦੁਨੀਆ ਕਹੂਗੀ ਪਾਗਲ, ਇਹੀ ਕਹੂਗੀ ਨਾ। ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਰੱਬ ਦਾ ਘਰ ਜ਼ਰੂਰ ਹੈ ਇਹ ਕੁਦਰਤ ਦਾ ਪਸਾਰਾ, ਪਰ ਕੁਦਰਤ ਰੱਬ ਨਹੀਂ, ਰੱਬ ਦਾ ਘਰ ਹੈ ਇਹੋ ਜੱਗ। ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹਨੂੰ ਹੋਰ ਸਮਝ ਲੈਂਦੇ ਹਾਂ। ਧੰਨਾ ਸਿੰਘ ਨੇ ਬਣਾਇਆ ਘਰ ਪਿੰਡ 'ਚ, ਕੋਈ ਨਾਂ ਲੈ ਲਓ, ਅਤੇ ਧੰਨੇ ਸਿੰਘ ਦੀ ਕੋਠੀ ਦੇ ਜਦੋਂ ਅੱਗਿਓਂ ਲੰਘੋਗੇ ਅਤੇ ਸਾਰੀ ਗੱਲਾਂ ਕਰਨਗੇ ਵੀ ਧੰਨਾ ਸਿੰਘ ਨੇ ਕੋਠੀ ਬੜੀ ਸੋਹਣੀ ਬਣਾਈ ਹੈ। ਕੋਈ ਕਹਿੰਦਾ ਵੀ ਧੰਨਾ ਸਿੰਘ ਆਪ ਬੜਾ ਸੋਹਣਾ ਬਣ ਗਿਆ, ਧੰਨਾ ਸਿੰਘ ਨੇ ਆਪਣੇ ਆਪ ਨੂੰ ਮਾਰਬਲ ਲਾ ਲਿਆ? ਨਹੀਂ ਕਹਿੰਦੇ ਨਾ, ਕਿਉਂਕਿ ਕੋਠੀ ਅਲੱਗ ਹੈ, ਧੰਨਾ ਸਿੰਘ ਅਲੱਗ ਹੈ, ਧੰਨਾ ਸਿੰਘ ਉਹਦੇ ਵਿੱਚ ਵੱਸਦਾ ਹੈ। ਇਹ ਪਸਾਰਾ ਕਰਿਆ ਰੱਬ ਨੇ, ਹੈ ਬਣਾਇਆ ਆਪਣਾ ਘਰ ਹੈ, ਇਹਦੇ ਵਿੱਚ ਵੀ ਵੱਸਦਾ ਹੈ, ਪਰ ਫਿਰ ਵੀ ਇਹ ਤੋਂ ਅਲੱਗ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਇੱਕ ਵਾਰੀ ਤਾਂ ਵਜ਼ਦ ਵਿੱਚ ਆ ਕੇ ਕਿਵੇਂ ਕਹਿੰਦੇ ਨੇ ਆਸਾ ਦੀ ਵਾਰ ਦੇ ਵਿੱਚ ਹੀ, ਬੱਲੇਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ। ਇਹ ਕੁਦਰਤ ਵਿੱਚ ਵਸਣ ਵਾਲੇ ਵਾਹਿਗੁਰੂ ਜੀ, ਮੈਂ ਤੈਥੋਂ ਬਲਿਹਾਰ ਹਾਂ ਪਰ ਤੇਰਾ ਅੰਤ ਨਹੀਂ ਜੇ ਕੋਈ ਪਾ ਸਕਦਾ। ਹੁਣ ਅੱਜ ਤੋਂ ਬਾਅਦ ਇਹ ਨਾ ਸਮਝ ਬੈਠਿਓ ਵੀ ਕੁਦਰਤ ਰੱਬ ਹੈ, ਇਹ ਮੰਨਿਓ ਵੀ ਕੁਦਰਤ ਰੱਬ ਨੇ ਸਾਜੀ ਹੋਈ ਹੈ, ਰੱਬ ਦਾ ਘਰ ਹੈ। ਪਾਤਸ਼ਾਹ ਕਹਿੰਦੇ ਕੱਚ ਪਕਾਈ ਉੱਥੇ ਪਾਏ ਨਾਨਕ ਗਿਆ ਜਾਪੈ ਜਾਏ। ਸਭ ਕੋ ਪੂਰਾ ਆਪੇ ਹੋਵੇ, ਇੱਥੇ ਦਾਅਵਾ ਹੈ ਸਾਡਾ ਸਟੇਜਾਂ ਵਾਲਿਆਂ ਦਾ, ਹਰੇਕ ਇਹ ਸਿੱਧ ਕਰਦਾ ਵੀ ਮੈਂ ਵਧੀਆ ਪ੍ਰਚਾਰਕ ਹੈ, ਬਾਕੀ ਤਾਂ ਗੁਰਮਤ ਦਾ ਖੰਡਨ ਹੀ ਕਰ ਰਹੇ ਨੇ। ਜੇ ਗੁਰਮਤ ਸਮਝ ਆਈ ਹੈ ਤਾਂ ਮੈਨੂੰ ਆਈ ਹੈ, ਉਹਨੂੰ ਸ਼ਾਇਦ ਭੁਲੇਖਾ ਪੈ ਗਿਆ ਇਹਨਾਂ ਲੋਕਾਂ ਨੂੰ ਵੀ ਜਿਹੜੇ ਨਾ ਆਰੇ 'ਚ ਲਵਾ ਗਏ ਸਿਰਾਂ 'ਤੇ, ਬੰਦ ਬੰਦ ਕਟਵਾ ਗਏ, ਖੋਪਰੀਆਂ ਲੁਹਾ ਕੇ ਧਰਮ ਦੇ ਨਾਂ 'ਤੇ ਪਿਆਰ ਵਿੱਚ ਆ ਕੇ, ਉਹਨਾਂ ਨੂੰ ਲੱਗਦਾ ਵੀ ਸ਼ਾਇਦ ਉਹਨਾਂ ਨੂੰ ਗੁਰਬਾਣੀ ਸਮਝ ਨਹੀਂ ਆਈ, ਉਹਨਾਂ ਦਾ ਦਿਮਾਗ ਸਟਰੈਚ ਨਹੀਂ ਸੀ ਹੋਇਆ, ਨਹੀਂ ਤਾਂ ਉਹ ਵੀ ਸਰਕਾਰ ਨਾਲ ਸੌਦੇ ਕਰ ਲੈਂਦੇ ਸਾਡੇ ਵਾਂਗੂ। ਗੁਰਮੁਖੋ, ਇਹ ਦਿਮਾਗਾਂ ਦੀ ਖੇਡ ਨਹੀਂ, ਇਹ ਸ਼ਰਧਾ ਦੀ ਖੇਡ ਹੈ, ਪਿਆਰ ਦੀ ਖੇਡ ਹੈ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮਿਲੀ।